Going across straight to a press conference that's being held by Navjot Singh Sidhu, Punjab in charge of the Congress. ਵੇਖੋ ਬੜੇ ਲੋਕ ਕਹਿੰਦੇ ਸੀ ਜੀ ਫਲਾਨਾ ਜੀ ਧਮਕਾਨਾ ਪਰ ਇਹ ਵੀ ਗੱਲ ਪੱਕੀ ਹੈ ਕਿ ਸਾਰਾ ਕੁਝ ਦੇਖ ਦਾਖ ਕੇ ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਵੀ ਕਾਂਗਰਸ ਨਾਲੋਂ ਸੋਨਾ ਜਿਵੇਂ 24 ਕੈਰੇਟ ਗੋਲਡ ਹੁੰਦਾ ਨਾ ਖਰੀ ਪਾਰਟੀ ਕੋਈ ਨਹੀਂ ਇਸ ਕਰਕੇ ਉਹਨਾਂ ਦੀ ਚੋਇਸ ਦੇ ਉੱਤੇ ਵੀ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਇਹਨੂੰ ਅਸੀਂ ਆਪਦੇ ਪਰਿਵਾਰ ਦਾ ਬਹੁਤ ਅਹਿਮ ਇੱਜ਼ਤਦਾਰ ਹਿੱਸਾ ਬਣਾ ਕੇ ਰੱਖਾਂਗੇ ਗਹਿਣੇ ਵਾਂਗ ਸਜਾ ਕੇ ਰੱਖਾਂਗੇ ਗੋਡ ਬਲੈਸ ਯੂ ਬੇਟਾ ਐਂਡ ਵੈਲਕਮ ਔਰ ਮੈਂ ਹੁਣ ਇਹਨੂੰ ਸ਼ਾਮਿਲ ਕਰਦਾ ਚੁਣਾਵ ਮੌਕੇ ਤੋਂ ਹੀ ਲੜਨਗੇ ਜੀ ਮੈਂ ਕਿਹਾ ਇਹ ਤੁਹਾਨੂੰ ਪਤਾ ਲੱਗ ਜਾਏਗਾ ਹੁਣ ਸੀਐਮ ਸਾਹਿਬ ਕੁਛ ਕਹਿਣ थोड़ा चुप यार जेंटलमैन सुनो भाई दोस्तों एक अरे भाई साहब आपका कैमरा बीच में आ रहा है यार क्या दोस्त चुप यार चुप भैया जी आप बीच में ना आओ बाकी सब ठीक है एक शेर है कि अंधेरो आओ मेरे घर से रोशनी ले लो अंधेरो आओ मेरे घर से रोशनी ले लो चिराग बुझने लगेंगे तो दिल जला दूंगा एक ऐसी सोच का नाम है सोनू सूद ਜਿਹਨੇ ਮੋਗੇ ਸ਼ਹਿਰ ਨੂੰ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਆਪਣੇ ਹੁਨਰ ਦੇ ਨਾਲ ਐਕਟਿੰਗ ਦੇ ਵਿੱਚ ਅਤੇ ਆਪਣੇ ਦਿਲ ਤੋਂ ਲੋਕਾਂ ਦੀ ਸੇਵਾ ਕਰਕੇ ਉਸ ਨੇ ਇੱਕ ਆਪਣੇ ਆਪ ਨੂੰ ਚਮਕਦਾ ਸਿਤਾਰਾ ਦਿਖਾਇਆ ਅਤੇ ਅੱਜ ਦੁਨੀਆ ਦੇ ਵਿੱਚ ਉਹਦਾ ਨਾਂ ਹੈ ਜਦੋਂ ਕਰੋਨਾ ਆਇਆ ਤਾਂ ਉਹਨਾਂ ਨੇ ਜਹਾਜ਼ ਚਲਾ ਤੇ ਲੋਕਾਂ ਨੂੰ ਸੇਵਾ ਦੇ ਵਿੱਚ ਕਿ ਜੀ ਜੇ ਕਿਤੇ ਨੇ ਰੇਲ ਨਹੀਂ ਜਾਂਦੀ ਜੇ ਕਿਤੇ ਗੱਡੀਆਂ ਨਹੀਂ ਜਾਂਦੀਆਂ ਲਓ ਜਹਾਜ਼ ਚੱਕੋ ਸੋ ਐਸੇ ਪਰਿਵਾਰ ਦਾ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਇਹ ਕਾਂਗਰਸ ਪਾਰਟੀ ਵਾਸਤੇ ਔਰ ਪੰਜਾਬ ਵਾਸਤੇ ਸ਼ੁਭ ਸ਼ਗਨ ਹੈ ਰਾਜਨੀਤੀ ਵੀ ਇੱਕ ਸੇਵਾ ਹੈ ਜੇ ਇਸ ਨੂੰ ਸੇਵਾ ਭਾਵਨਾ ਦੇ ਨਾਲ ਕੀਤਾ ਜਾਵੇ ਅਤੇ ਸੇਵਾ ਭਾਵਨਾ ਦੇ ਨਾਲ ਅੱਗੇ ਸਾਡੀ ਭੈਣ ਵੱਧ ਕੇ ਆਈ ਹੈ ਮਾਲਵਿਕਾ ਮੈਨੂੰ ਪੂਰਾ ਵਿਸ਼ਵਾਸ ਹੈ ਇਹਦੀ ਲਿਆਕਤ ਇਹਦੇ ਇਹਦੀ ਆਪਣੀ ਸੋਚ ਔਰ ਇਹਦੀ ਪੜ੍ਹਾਈ ਇਹਦੇ ਜਜ਼ਬੇ ਨਾਲ ਕਿ ਆਉਣ ਵਾਲੇ 5 ਸਾਲਾਂ 'ਚ ਤੁਸੀਂ ਦੇਖੋਗੇ ਲੋਕ ਇਹ ਕਹਿਣਗੇ ਵੀ ਸੋਨੂੰ ਸੂਦ ਮਾਲਵਿਕਾ ਦਾ ਭਾਈ ਹੈ ਇਸ ਤਰ੍ਹਾਂ ਦਾ ਇਹ ਕੰਮ ਕਰਕੇ ਦਿਖਾਏਗੀ ਮੈਨੂੰ ਇਸ 'ਤੇ ਪੂਰਾ ਉਮੀਦ ਹੈ ਕਿ ਮੈਂ ਸਾਡੇ ਪ੍ਰਧਾਨ ਜੀ ਨੇ ਵੈਲਕਮ ਕੀਤਾ ਪਾਰਟੀ ਦੇ ਵਿੱਚ ਮੈਂ ਵੀ ਇਹਨਾਂ ਦੇ ਨਾਲ ਮਿਲ ਕੇ ਵੈਲਕਮ ਕਰਦਾ ਪਰਿਵਾਰ ਦਾ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਬਹੁਤ ਹੀ ਅੱਛਾ ਸਮਾਜ ਸੇਵੀ ਪਰਿਵਾਰ ਕਿਉਂਕਿ ਸਮਾਜ ਸੇਵੀਆਂ ਦੀ ਉਹ ਜ਼ਿਆਦਾ ਜ਼ਰੂਰਤ ਹੈ ਜਿਹੜੇ ਦੇਣ ਜਾਣਦੇ ਆ ਜਿਹੜੇ ਦਿੰਦੇ ਆ ਸਮਾਜ ਨੂੰ ਜਿਹੜਾ ਆਪਣਾ ਦਿਲ ਵੱਢ ਕੇ ਵੀ ਦਿੰਦੇ ਆ ਜਿਹੜਾ ਆਪਣਾ ਰੁਜ਼ਗਾਰ 'ਚੋਂ ਵੀ ਕੱਢ ਕੇ ਦਿੰਦੇ ਆ ਸੋ ਅਜਿਹੇ ਪਰਿਵਾਰ ਦਾ ਕਾਂਗਰਸ ਦੇ ਵਿੱਚ ਆਉਣਾ ਬਹੁਤ ਬਹੁਤ ਸ਼ੁਭ ਸ਼ਗਨ ਹੈ ਤਾਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਮੋਗੇ ਦੀ ਵੱਡੀ ਸੇਵਾ ਕਰਨ ਜਾ ਰਹੀ ਹੈ।